ਆਪਾਂ ਨੂੰ ਕੋਰੀਅਰ ਮਿਲ ਗਿਆ ਆਪਣਾ ਤੇ ਆ ਗਏ ਸੀਗੇ ਆਪਾਂ ਉਰੇ ਬਸ 5-10 ਮਿੰਟ ਲੱਗੇ ਨੇ ਬਾਕੀ ਜਦੋਂ ਕੰਮ ਬਣਨੇ ਹੋਣ ਤਾਂ ਫਿਰ ਨਾਲ ਦੀ ਨਾਲੇ ਬਣੀ ਜਾਂਦੇ ਨੇ ਤੇ ਕਾਫੀ ਦਿਨਾਂ ਤੋਂ ਮੈਂ ਵੇਟ ਕਰ ਰਿਹਾ ਸੀਗਾ ਕਿ ਇਨਕੁਆਇਰੀ ਆਊ ਤੇ ਅੱਜ ਫਾਈਨਲੀ ਆਪਾਂ ਨੂੰ ਇਨਕੁਆਇਰੀ ਵਾਲਿਆਂ ਦਾ ਫੋਨ ਆ ਗਿਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪੈਰ ਭਰੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਨਿਊ ਬਲੌਗ ਕਿਵੇਂ ਹੋ ਸਾਰੇ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਣਾ ਆਰਡਰ ਆ ਜਾਣਾ ਉਹ ਆਪਾਂ ਆਰਡਰ ਆਪਣਾ ਲੈਣ ਜਾਣਾ ਜਿਹੜਾ ਆਪਾਂ ਕੋਰੀਅਰ ਆਉਣਾ ਸੀਗਾ ਆਪਣਾ ਜਿਹੜੀ ਚੀਜ਼ ਆਪਾਂ ਆਰਡਰ ਕਰੀ ਹੋਈ ਸੀ ਤੁਹਾਨੂੰ ਪਿਛਲੇ ਬਲੌਗ 'ਚ ਜਿਵੇਂ ਮੈਂ ਦੱਸਿਆ ਸੀਗਾ ਉਹ ਪਹਿਲਾ ਆਰਡਰ ਆਪਣਾ ਕੈਂਸਲ ਹੋ ਗਿਆ ਸੀਗਾ ਦੁਬਾਰੇ ਫਿਰ ਉਹ ਆਰਡਰ ਕੀਤਾ ਸੀ ਆਪਾਂ ਉਹ ਅੱਜ ਕੋਰੀਅਰ ਆਪਣਾ ਆਉਣਾ ਉਹ ਲੈ ਕੇ ਆਉਣਾ ਅਤੇ ਆਉਣਾ ਵੀ ਕਾਹਦਾ ਯਾਰ 7 ਤਰੀਕ ਨੂੰ ਜਿੱਥੇ ਆਪਣਾ ਨੇੜੇ ਮੰਡੀ ਗੋਬਿੰਦਗੜ੍ਹ ਇਹਨਾਂ ਦਾ ਔਫਿਸ ਆ ਉੱਥੇ ਪਹੁੰਚ ਗਿਆ ਸੀ 7 ਤੋਂ ਬਾਅਦ ਦੇਖ ਲਓ ਵੀ ਤੁਸੀਂ 7-8-9 ਨੂੰ ਮੀਂਹ ਪਿਆ ਬਹੁਤ ਮੀਂਹ ਪੈਣ ਕਾਰਨ ਕਰਕੇ ਉਹ ਕੋਰੀਅਰ ਵੰਡਣ ਨਹੀਂ ਆਏ ਹੈਗੇ ਹੁਣ ਉਹਨਾਂ ਦੇ ਔਫਿਸ 'ਚ ਪਿਆ ਉਹ ਹਾਲੇ ਤੱਕ ਕੋਰੀਅਰ ਵੰਡਣ ਨਹੀਂ ਗਏ ਉਹ ਉੱਥੇ ਪਏ ਨੇ ਮੀਂਹ ਕਰਕੇ ਉਹਨਾਂ ਦੇ ਕੋਰੀਅਰ ਇਕੱਠੇ ਹੋ ਗਏ ਅਤੇ ਆਪਾਂ ਨੂੰ ਮੰਡੀ ਗੋਬਿੰਦਗੜ੍ਹ ਜਾਣਾ ਪਊ ਉੱਥੋਂ ਆਪਾਂ ਹੁਣ ਇਹ ਲੈ ਕੇ ਆਉਂਦੇ ਆਰਡਰ ਉਹਨਾਂ ਦੇ ਔਫਿਸ ਤੋਂ ਅਤੇ ਸ਼ਾਇਦ ਈ ਕੌਮ ਕੋਈ ਕੰਪਨੀ ਆ ਈ ਕੌਮ ਐਕਸਪ੍ਰੈਸ ਉਹਨਾਂ ਦੇ ਉਹ ਤੋਂ ਆਪਣਾ ਇਹ ਆਰਡਰ ਆ ਰਿਹਾ ਅਤੇ ਚਲੋ ਚੱਲਦੇ ਹਾਂ ਆਪਾਂ ਅਤੇ ਅੱਜ ਠੰਡ ਹੈਗੀ ਬਹੁਤ ਬਾਹਰ ਥੋੜ੍ਹੀ ਥੋੜ੍ਹੀ ਧੁੱਪ ਨਿਕਲੀ ਹੋਈ ਆ ਮਿੱਠੀ ਮਿੱਠੀ ਜੀ ਪਰ ਮੋਟਰਸਾਈਕਲ 'ਤੇ ਜਾਣਾ ਠੰਡ ਬਹੁਤ ਲੱਗੂਗੀ ਸਮਾਨ ਆਪਣਾ ਆਪਾਂ ਚੱਕ ਲਈਏ ਦਸਤਾਨੇ ਵਗੈਰਾ ਜਿਹੜੇ ਆਪਾਂ ਨਾਲ ਪਾ ਕੇ ਜਾਣੇ ਨੇ ਹੱਥਾਂ 'ਚ ਠੀਕ ਆ ਚਲੋ ਠੀਕ ਆ ਬਲੌਗ 'ਚ ਐਂਡ ਤੱਕ ਬਣੇ ਰਹੋ ਨਾਲੇ ਘਰ ਆ ਕੇ ਅਨਬੋਕਸਿੰਗ ਕਰਾਂਗੇ ਉਹ ਪ੍ਰੋਡਕਟ ਦੀ ਜਿਹੜਾ ਆਪਾਂ ਖਰੀਦਿਆ ਅਤੇ ਤਿਆਰ ਆ ਆਪਾਂ ਮੋਟਰਸਾਈਕਲ ਰੈਡੀ ਆਪਣਾ ਸਟਾਰਟ ਕਰਤਾ ਗਰਮ ਹੋ ਜਾਂਦਾ 2 ਮਿੰਟ ਦਸਤਾਨੇ ਪਾਵਾਂਗੇ ਹੱਥਾਂ 'ਚ ਠੰਡਾ ਨਾ ਉਹਦੇ ਕਰਕੇ ਅਤੇ ਚੱਲਣ ਲੱਗ ਗਿਆ ਘਰੋਂ ਗਲਾਵਸ ਪਾ ਲਏ ਦਸਤਾਨੇ ਪਾ ਲਏ ਹੱਥਾਂ 'ਚ ਅਤੇ ਅੱਜ ਹਲਕੀ ਹਲਕੀ ਜੀ ਧੁੱਪ ਵੀ ਹੈਗੀ ਆ ਅਤੇ ਚਲੋ ਮਿਲਦੇ ਹਾਂ ਜਾ ਕੇ ਫਿਰ ਆਪਾਂ ਉੱਥੇ ਹਲਕੀ ਹਲਕੀ ਧੁੱਪ ਨਿਕਲੀ ਆਈ ਅਤੇ ਹਲਕੀ ਹਲਕੀ ਧੁੱਪ 'ਚ ਖੇਤਾਂ ਦਾ ਨਜ਼ਾਰਾ ਬਹੁਤ ਵਧੀਆ ਲੱਗਦਾ ਦੇਖੋ ਅਤੇ ਮਲੋਹ ਨੂੰ ਜਾ ਰਹੇ ਹਾਂ ਇਹ ਸੜਕ ਮਲੋਹ ਨੂੰ ਜਾਂਦੀ ਆ ਮਲੋਹ ਤੋਂ ਜਾਵਾਂਗੇ ਮੰਡੀ ਗੋਬਿੰਦਗੜ੍ਹ ਆਪਾਂ ਨੂੰ ਕੋਰੀਅਰ ਮਿਲ ਗਿਆ ਆਪਣਾ ਅਤੇ ਆ ਗਏ ਸੀਗੇ ਆਪਾਂ ਉਰੇ ਬਸ 5-10 ਮਿੰਟ ਲੱਗੇ ਨੇ ਬਾਕੀ ਘਰ ਜਾ ਕੇ ਦਿਖਾਉਂਦੇ ਹਾਂ ਕਰਦੇ ਹਾਂ ਅਨਬੋਕਸਿੰਗ ਠੀਕ ਆ 1-2 ਹੋਰ ਕੰਮ ਨੇ ਉਹ ਕਰਕੇ ਚੱਲਾਂਗੇ ਅਤੇ ਇਹ ਬੈਗ ਲੈ ਆਇਆ ਸੀਗਾ ਮੈਂ ਘਰੋਂ ਇਹ 'ਚ ਪਾ ਲਿਆ ਬੋਕਸ ਜਿਹੜਾ ਕੋਰੀਅਰ 'ਚ ਆਇਆ ਠੀਕ ਆ ਚਲੋ ਠੀਕ ਆ ਮਿਲਦੇ ਹਾਂ ਫਿਰ ਇੱਧਰ ਪੰਪ 'ਤੇ ਖੜ੍ਹੇ ਸੀ ਆਪਾਂ ਤੇਲ ਪਵਾਉਣ ਅਤੇ ਤੇਲ ਪਵਾ ਲਿਆ ਚੱਲਣ ਲੱਗਦੇ ਹਾਂ ਅਤੇ ਆਹ ਬਿੱਲ ਦਿੱਤਾ ਬਾਈਆਂ ਨੇ ਕੱਢ ਕੇ ਆਹ ਪੰਪ ਆ ਇੱਥੇ ਮਲੋਹ ਨਿਕਲਦੇ ਹਾਂ ਜਦੋਂ ਬਾਜ਼ਾਰ ਤੋਂ ਬਾਹਰ ਉੱਥੇ ਇਹ ਪੰਪ ਹੈ ਅਤੇ ਚਲੋ ਚੱਲਣ ਲੱਗਦੇ ਹਾਂ ਆਪਾਂ ਹੁਣ ਆਪਾਂ ਘਰ ਪਹੁੰਚ ਗਏ ਆਪਣਾ ਆਰਡਰ 'ਤੇ ਜਿਹੜਾ ਆਪਣਾ ਕੋਰੀਅਰ ਸੀ ਜਿਹੜਾ ਆਪਾਂ ਲੈ ਆਏ ਜਿਵੇਂ ਤੁਸੀਂ ਪਹਿਲਾਂ ਦੇਖਿਆ ਵੀਡੀਓ 'ਚ ਅਤੇ ਅੰਦਰ ਉੱਥੇ ਵੀਡੀਓ ਬਣਾਈ ਨਹੀਂ ਕਿਉਂ ਰਿਸਟ੍ਰਿਕਸ਼ਨਸ ਹੁੰਦੀਆਂ ਨੇ ਥੋੜ੍ਹੀਆਂ ਜਿਹੀਆਂ ਚਲੋ ਉਹ ਜੋ ਵੀ ਹੈ ਉੱਥੇ ਵੀਡੀਓ ਆਪਾਂ ਬਣਾ ਨਹੀਂ ਸਕੇ ਅਤੇ ਉਹਦੀ ਅਨਬੋਕਸਿੰਗ ਕਰਾਂਗੇ ਉਹ ਆਰਡਰ ਸੀ ਜਿਹੜਾ ਆਪਾਂ ਆਰਡਰ ਕਰਿਆ ਹੋਇਆ ਕੀ ਸੀ ਕੀ ਉਹਦੇ ਵਿੱਚ ਹੈਗਾ ਬੋਕਸ 'ਚ ਉਹ ਦਿਖਾਉਂਦੇ ਹਾਂ ਤੁਹਾਨੂੰ ਥੋੜ੍ਹੇ ਟਾਈਮ ਤੱਕ ਥੋੜ੍ਹਾ ਜਿਹਾ ਵੇਟ ਹੋਰ ਕਰੋ ਜਿੰਨਾ ਇੰਨੇ ਦਿਨ ਵੇਟ ਕੀਤਾ ਅਤੇ ਹੁਣੇ ਆਇਆ ਮੈਂ ਠੰਡ ਬਹੁਤ ਚੜ੍ਹੀ ਹੋਈ ਆ ਹੱਥ ਠਰ ਰਹੇ ਨੇ ਦਸਤਾਨੇ ਪਾਏ ਹੋਏ ਸੀਗੇ ਤਾਂ ਵੀ ਠੰਡ ਲੱਗ ਰਹੀ ਸੀਗੀ ਚਾਹ ਪੀ ਲਈਏ ਚਾਹ ਪੀਣ ਤੋਂ ਬਾਅਦ ਅਨਬੋਕਸਿੰਗ ਕਰਾਂਗੇ ਉਸਦੀ ਠੀਕ ਆ ਕਿਉਂਕਿ ਠੰਡ ਬਹੁਤ ਲੱਗੀ ਵੀ ਆ ਅਤੇ ਧੁੱਪੇ ਬੈਠਾ ਸੀ ਹੁਣ ਮੈਂ ਅੰਦਰ ਆਇਆ ਅੰਦਰ ਆ ਕੇ ਮੈਂ ਕਿਹਾ ਚੱਲ ਥੋੜ੍ਹਾ ਜਿਹਾ ਬਲੌਗ ਸ਼ੂਟ ਕਰ ਲਈਏ ਆਪਾਂ ਚਾਹ ਪੀਣ ਤੋਂ ਬਾਅਦ ਕਰਦੇ ਹਾਂ ਆਪਣੇ ਕੋਰੀਅਰ ਦੀ ਅਨਬੋਕਸਿੰਗ ਉਹ ਬੋਕਸ 'ਚ ਕੀ ਆ ਉਹ ਤੁਹਾਨੂੰ ਦਿਖਾਉਂਦੇ ਹਾਂ ਠੀਕ ਆ ਹਾਂਜੀ ਆਪਾਂ ਚਾਹ ਪੀ ਲਈ ਅਤੇ ਚਾਹ ਪੀ ਕੇ ਹੁਣ ਠੰਡ ਉਤਰੀ ਆ ਬਾਕੀ ਜਦੋਂ ਕੰਮ ਬਣਨੇ ਹੋਣ ਤਾਂ ਫਿਰ ਨਾਲ ਦੀ ਨਾਲੇ ਬਣੀ ਜਾਂਦੇ ਨੇ ਆਪਣੀ ਸ਼੍ਰੀ ਕਰਤਾਰਪੁਰ ਸਾਹਿਬ ਲਈ ਰਜਿਸਟ੍ਰੇਸ਼ਨ ਕਰਵਾਈ ਹੋਈ ਸੀ ਉਸਦੀ ਇਨਕੁਆਇਰੀ ਨਹੀਂ ਆ ਰਹੀ ਸੀਗੀ ਅਤੇ ਕਾਫੀ ਦਿਨਾਂ ਤੋਂ ਮੈਂ ਵੇਟ ਕਰ ਰਿਹਾ ਸੀਗਾ ਕਿ ਇਨਕੁਆਇਰੀ ਆਊ ਅਤੇ ਅੱਜ ਫਾਈਨਲੀ ਆਪਾਂ ਨੂੰ ਇਨਕੁਆਇਰੀ ਵਾਲਿਆਂ ਦਾ ਫੋਨ ਆ ਗਿਆ ਪੁਲਿਸ ਵਾਲਿਆਂ ਦਾ ਫੋਨ ਆ ਗਿਆ ਅਤੇ ਆਹ ਮੇਰੇ ਡਾਕੂਮੈਂਟ ਨੇ ਇਹ ਫੋਟੋ ਕਾਪੀ ਕਰਵਾ ਕੇ ਰੱਖਣੇ ਨੇ ਉਹ ਆਉਣਗੇ ਅੱਧੇ ਪੌਣੇ ਘੰਟੇ ਦੇ ਵਿੱਚ ਘੰਟੇ ਤੱਕ ਲਾ ਲਓ ਆਉਣਗੇ ਅਤੇ ਉਹਨਾਂ ਨੇ ਮੈਨੂੰ ਕਾਲ ਕਰਤੀ ਉਹ ਕਹਿੰਦੇ ਵੀ ਆਪਦਾ ਤੁਸੀਂ ਫੋਟੋ ਸਟੇਟ ਕਰਵਾ ਕੇ ਰੱਖ ਲਓ ਅਤੇ ਇਨਕੁਆਇਰੀ ਕਰਕੇ ਲੈ ਕੇ ਜਾਣਗੇ 2 ਗਵਾਹ ਚਾਹੀਦੇ ਹੁੰਦੇ ਨੇ ਇਹਦੀ ਇਨਕੁਆਇਰੀ 'ਚ ਬਾਕੀ ਦੇਖਦੇ ਹਾਂ ਜਿਵੇਂ ਜਿਵੇਂ ਸਿਸਟਮ ਹੋਇਆ ਸਾਰਾ ਮੈਂ ਦੱਸ ਦੂੰ
ਤੇ ਦੇਖੋ ਅੱਜ ਦੋ ਹੀ ਕੰਮ ਬਣ ਗਏ ਆਪਣਾ ਕੋਰੀਅਰ ਵੀ ਆ ਗਿਆ ਤੇ ਸ਼੍ਰੀ ਕਰਤਾਰਪੁਰ ਸਾਹਿਬ ਵਾਲੀ ਰਜਿਸਟ੍ਰੇਸ਼ਨ ਜਿਹੜੀ ਕਰਵਾਈ ਹੋਈ ਸੀ ਉਹਦੀ ਇਨਕੁਆਇਰੀ ਵੀ ਆ ਗਈ ਬਾਕੀ ਆਹ ਕੰਮ ਕਰ ਲਈਏ ਹੋ ਸਕਦਾ ਅੱਜ ਅਨਬੋਕਸਿੰਗ ਨਾ ਹੋ ਸਕੇ ਆਪਾਂ ਤੋਂ ਆਪਦੇ ਪ੍ਰੋਡਕਟ ਦੀ ਕਿਉਂਕਿ ਮੈਂ ਆਹ ਕੰਮ ਕਰਾਉਣਾ ਅੱਧੇ ਘੰਟੇ ਘੰਟੇ ਤੱਕ ਉਹ ਆ ਜਾਣਗੇ ਬਾਕੀ ਅੱਜ ਦਸਵੀਂ ਸ਼ਹੀਦੀ ਦਾ ਦਿਹਾੜਾ ਵੀ ਆ ਉੱਧਰ ਵੀ ਮੱਥਾ ਟੇਕ ਕੇ ਆਉਣਾ ਬਾਬੀ ਸ਼ਹੀਦਾਂ 'ਤੇ ਸੋ ਚਲੋ ਦੇਖਦੇ ਹਾਂ ਅਤੇ ਯਾਰ ਆਪਾਂ ਫੋਟੋ ਕਾਪੀ ਕਰਵਾ ਲਈ ਇੰਨੀ ਚੱਲਦੇ ਹਾਂ ਪਾਸਪੋਰਟ ਬਾਕੀ ਦਸਵੀਂ ਦਾ ਸਰਟੀਫਿਕੇਟ ਅਤੇ ਆਧਾਰ ਕਾਰਡ ਬਾਕੀ ਜਿਹੜੇ ਦੋ ਗਵਾਹ ਨੇ ਉਹਨਾਂ ਦੇ ਆਧਾਰ ਕਾਰਡ ਹੁੰਦੇ ਨੇ ਚਲੋ ਠੀਕ ਹੈ ਮਿਲਦੇ ਹਾਂ ਫਿਰ ਆਪਾਂ ਹੁਣ ਇਨਕੁਆਇਰੀ ਆਪਦੀ ਕਰਾ ਲਈਏ ਇੱਧਰ ਫੋਟੋ ਸਟੇਟ ਕਰਾਉਣ ਆ ਗਏ ਆਪਾਂ ਛੋਟੇ ਛੋਟੇ ਪ੍ਰਿੰਟਰ ਆਉਣ ਲੱਗ ਗਏ ਹੁਣ ਪਹਿਲਾਂ ਵੱਡੇ ਵੱਡੀਆਂ ਹੁੰਦੀਆਂ ਸੀ ਮਸ਼ੀਨਾਂ ਸੌਖਾ ਹੋ ਗਿਆ ਕੰਮ ਚਲੋ ਆਪਣੇ ਇਨਕੁਆਇਰੀ ਲਈ ਸਾਰੇ ਕਾਗਜ਼ ਪੱਤਰ ਆਪਾਂ ਤਿਆਰ ਕਰ ਲਏ ਆਹ ਓਰਿਜਨਲ ਡਾਕੂਮੈਂਟ ਨੇ ਪਾਸਪੋਰਟ ਜਿਵੇਂ ਬਾਕੀ ਹੋਰ ਆਪਣਾ ਸਰਟੀਫਿਕੇਟ ਹੋਰ ਬਾਕੀ ਆਹ ਫੋਟੋ ਕਾਪੀਆਂ ਕਰਵਾ ਲਈਆਂ ਜਿਹੜੀਆਂ ਜਿਹੜੀਆਂ ਕਹੀਆਂ ਸੀਗੀਆਂ ਉਹਨਾਂ ਨੇ ਬਾਕੀ ਉਹ ਆਉਣਗੇ ਘਰ ਫਿਰ ਇਨਕੁਆਇਰੀ ਕਰਾਉਂਦੇ ਹਾਂ ਹਾਲੇ ਦੇਖਦੇ ਹਾਂ ਕਿੰਨੇ ਕੁ ਟਾਈਮ ਤੱਕ ਆਉਣਗੇ ਇਹਨਾਂ ਸਾਰੇ ਡਾਕੂਮੈਂਟਸ ਨੂੰ ਅੰਦਰ ਰੱਖ ਦਿੰਦੇ ਹਾਲੇ ਸਾਂਭ ਕੇ ਆਪਾਂ ਅਤੇ ਜਦੋਂ ਵੀ ਆਉਣਗੇ ਉਦੋਂ ਕੱਢ ਲਾਂਗੇ ਕਿਉਂ ਉੱਥੇ ਮੈਂ ਕਿਹਾ ਬਾਹਰ ਕਾਹਨੂੰ ਰੱਖਣੇ ਨੇ ਜ਼ਰੂਰੀ ਡਾਕੂਮੈਂਟ ਨੇ ਬਣਦੇ ਬਹੁਤ ਔਖੇ ਨੇ ਆਹ ਫਾਈਲ ਆ ਫਾਈਲ 'ਚ ਆਪਾਂ ਹਾਲੇ ਪਾ ਕੇ ਰੱਖ ਦਿੰਦੇ ਹਾਂ ਅਤੇ ਇੱਕ ਵਾਰ ਜੇ ਡਾਕੂਮੈਂਟ ਕੋਈ ਗੁੰਮ ਜਾਵੇ ਤਾਂ ਬਣਾਉਣਾ ਬਹੁਤ ਔਖਾ ਹੋ ਜਾਂਦਾ ਕਿਉਂ ਸਾਰਾ ਪ੍ਰੋਸੈਸ ਦੁਬਾਰੇ ਕਰਨਾ ਹੁੰਦਾ ਨਵੇਂ ਸਿਰਿਓਂ ਤਾਂ ਉਸ ਕਰਕੇ ਜੇ ਹੁਣ ਉੱਥੇ ਪਏ ਨੇ ਬੈੱਡ 'ਤੇ ਕਈ ਵਾਰ ਕੁਛ ਡੁੱਲ ਜਾਂਦਾ ਹੁੰਦਾ ਕੁਛ ਨਹੀਂ ਪਤਾ ਹੁੰਦਾ ਮਾੜੇ ਟਾਈਮ ਦਾ ਠੀਕ ਆ ਬਾਕੀ ਅੱਜ ਸਾਰਾ ਕੁਛ ਇਕੱਠੀ ਹੋ ਗਿਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਬਾਬੇ ਨਾਨਕ ਨੇ ਅੱਜ ਸਾਰਾ ਕੰਮ ਸਿੱਧਾ ਕਰਤਾ ਪਹਿਲਾਂ ਆਪਣਾ ਕੋਰੀਅਰ ਆ ਗਿਆ ਅਤੇ ਇਨਕੁਆਇਰੀ ਆ ਗਈ ਠੀਕ ਆ ਚਲੋ ਠੀਕ ਹੈ ਇਨਕੁਆਇਰੀ ਕਰਵਾ ਲਈਏ ਉਸ ਤੋਂ ਬਾਅਦ ਮਿਲਦੇ ਹਾਂ ਆਪਾਂ ਫਿਰ ਜਾਵਾਂਗੇ ਉਸ ਤੋਂ ਬਾਅਦ ਬਾਬੇ ਸ਼ਹੀਦਾਂ 'ਤੇ ਮੱਥਾ ਟੇਕਣ ਦਸਵੀਂ ਆ ਠੀਕ ਹੈ ਜੀ ਆਪਣੀ ਇਨਕੁਆਇਰੀ ਹੋ ਗਈ ਅਤੇ 10 ਕੁ ਮਿੰਟ ਲੱਗੇ ਬਸ ਮੇਰੇ ਸਾਈਨ ਕਰਵਾ ਲਏ ਅਤੇ ਜਿਹੜੇ ਗਵਾਹ ਹੁੰਦੇ ਨੇ ਦੋਨਾਂ ਦੇ ਸਾਈਨ ਕਰਵਾ ਲਏ ਬਾਕੀ ਡਾਕੂਮੈਂਟ ਚੈੱਕ ਕਰ ਲਏ ਅਤੇ ਫੋਟੋ ਕਾਪੀਜ਼ ਨਾਲ ਲੈ ਗਏ ਡਾਕੂਮੈਂਟਸ ਦੀਆਂ ਜਿਵੇਂ ਆਧਾਰ ਕਾਰਡ ਪਾਸਪੋਰਟ ਇਹੋ ਜਿਹਾ ਕੁਛ ਇਨਕੁਆਇਰੀ 'ਚ ਕੋਈ ਜ਼ਿਆਦਾ ਲੰਬਾ ਚੌੜਾ ਪ੍ਰੋਸੈਸ ਨਹੀਂ ਸੀਗਾ ਬਾਕੀ ਜਾਵਾਂਗੇ ਆਪਾਂ ਕਰਤਾਰਪੁਰ ਸਾਹਿਬ ਉਹਦੇ ਬਲੌਗ ਤੁਸੀਂ ਸਾਰੇ ਦੇਖਿਓ ਅਤੇ ਹੁਣ ਆਪਾਂ ਜਾਣਾ ਹੈ ਮੱਥਾ ਟੇਕਣ ਬਾਬੇ ਸ਼ਹੀਦਾਂ 'ਤੇ ਦਸਵੀਂ ਇਹਨਾਂ 'ਚ ਪਹਿਲਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਉਸ ਕਰਕੇ ਅਤੇ ਚਿਰਾਗ ਲਾ ਕੇ ਆਉਂਦੇ ਹਾਂ ਉੱਥੇ ਚੱਲਦੇ ਹਾਂ ਆਪਾਂ ਬਾਬੇ ਸ਼ਹੀਦਾਂ 'ਤੇ ਠੀਕ ਹੈ ਜੀ ਮੱਥਾ ਟੇਕ ਕੇ ਆਪਾਂ ਆ ਗਏ ਬਾਬੇ ਸ਼ਹੀਦਾਂ 'ਤੇ ਅਤੇ ਅੱਜ ਦੇ ਬਲੌਗ ਦਾ ਆਪਾਂ ਇੱਥੇ ਕਰਦੇ ਹਾਂ ਐਂਡ ਸੋਰੀ ਅੱਜ ਦੇ ਬਲੌਗ 'ਚ ਆਪਾਂ ਆਪਣੇ ਕੋਰੀਅਰ ਦੀ ਅਨਬੋਕਸਿੰਗ ਨਹੀਂ ਕਰ ਸਕੇ ਉਹ ਉਵੇਂ ਪਿਆ ਉਸੇ ਤਰ੍ਹਾਂ ਜਿੱਥੇ ਮੈਂ ਰੱਖ ਕੇ ਗਿਆ ਸੀਗਾ ਹਨੇਰਾ ਹੋ ਗਿਆ ਅਤੇ ਤਕਰੀਬਨ 7 ਵਜੇ ਦਾ ਹੋ ਗਿਆ ਟਾਈਮ ਰੋਟੀ ਖਾਂਦੇ ਹਾਂ ਯਾਰ ਭੁੱਖ ਵੀ ਲੱਗੀ ਆ ਇਸ ਤੋਂ ਅਗਲੇ ਬਲੌਗ 'ਚ ਉਸਦੀ ਆਪਾਂ ਅਨਬੋਕਸਿੰਗ ਕਰਾਂਗੇ ਜੋ ਵੀ ਆਪਣੇ ਬੋਕਸ 'ਚ ਹੈਗਾ ਉਹ ਤੁਹਾਨੂੰ ਦਿਖਾਵਾਂਗੇ ਠੀਕ ਆ ਉਦੋਂ ਤੱਕ ਤੁਸੀਂ ਵੇਟ ਕਰੋ ਸੋ ਬਲੌਗ ਦਾ ਕਰਦੇ ਹਾਂ ਐਂਡ ਕਿਵੇਂ ਲੱਗਿਆ ਅੱਜ ਦਾ ਆਪਣਾ ਤੁਹਾਨੂੰ ਬਲੌਗ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਜੇ ਚੈਨਲ 'ਤੇ ਨਵੇਂ ਹੋ ਚੈਨਲ ਕਰਿਓ ਸਬਸਕ੍ਰਾਈਬ ਮਿਲਦੇ ਹਾਂ ਨੈਕਸਟ ਬਲੌਗ 'ਚ ਬਾਏ ਬਾਏ